ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਪੂਜਾ ਸਿੰਗਲਾ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਸੰਬੰਧਕ ਦਾ ਟੋਪਿਕ ਕਰਾਂਗੇ। ਸੰਬੰਧਕ ਦਾ ਟੋਪਿਕ ਸ਼ੁਰੂ ਕਰਨ ਤੋਂ ਪਹਿਲਾਂ ਇਹਦੀ ਪਰਿਭਾਸ਼ਾ ਜਾਣਨੀ ਬਹੁਤ ਜ਼ਰੂਰੀ ਹੈ ਕਿ ਸੰਬੰਧਕ ਹੁੰਦਾ ਕੀ ਹੈ। ਸੋ ਸ਼ੁਰੂ ਕਰਦੇ ਹਾਂ। ਕਹਿੰਦੇ ਸੰਬੰਧਕ ਕਿਸੇ ਵਾਕ ਵਿੱਚ, ਕਹਿੰਦੇ ਕੋਈ ਵਾਕ ਲਿਖਿਆ ਹੋਵੇ ਉਸ ਉੱਥੇ ਜੇ ਸ਼ਬਦ ਨਾਮ ਜਾਂ ਪੜਨਾਮ ਦੇ ਪਿੱਛੇ ਕੋਈ ਸ਼ਬਦ ਲੱਗਿਆ ਹੋਇਆ, ਜਿਵੇਂ ਕਿ ਇਹ ਇਗਜ਼ਾਮਪਲ ਦੇ ਵਿੱਚ ਦੇਖੋ, ਇਹ ਮੋਹਨ ਦਾ ਸਕੂਟਰ ਹੈ, ਜਿਹੜਾ ਦਾ ਸ਼ਬਦ ਲੱਗਿਆ ਇਹ ਕੀ ਹੈ, ਸੰਬੰਧਕ ਹੈ। ਕਹਿੰਦਾ ਇਹ ਜਦੋਂ ਸੰਬੰਧਕ ਆ ਕੇ ਕਿਸੇ ਦੂਸਰੇ ਸ਼ਬਦਾਂ ਨਾਲ ਸੰਬੰਧ ਦੱਸੇ, ਹੁਣ ਜਿਹੜਾ ਮੋਹਨ ਦਾ ਸੰਬੰਧ ਕਿਹਦੇ ਨਾਲ ਦੱਸ ਰਹੇ, ਸਕੂਟਰ ਨਾਲ ਦੱਸ ਰਿਹਾ, ਤਾਂ ਉਹਨੂੰ ਆਪਾਂ ਕੀ ਕਹਿੰਦੇ ਹੁੰਦੇ ਹਾਂ, ਸੰਬੰਧਕ ਕਹਿੰਦੇ ਹੁੰਦੇ ਹਾਂ। ਕੀ ਕਹਿੰਦੇ ਹਾਂ, ਸੰਬੰਧਕ ਕਹਿੰਦੇ ਹਾਂ। ਉਸ ਤੋਂ ਬਾਅਦ ਕੀ ਕਹਿੰਦੇ, ਜਿਹੜਾ ਸ਼ਬਦ ਦੋ ਸ਼ਬਦਾਂ ਨੂੰ ਆਪਸ ਵਿੱਚ ਜੋੜੇ। ਦੇਖੋ ਇੱਕ ਰੂਲ ਸੰਬੰਧਕ ਦਾ, ਇਹ ਵੀ ਰੂਲ ਹੈ ਕਿ ਜਿਹੜਾ ਹੈ ਕਿ ਹਮੇਸ਼ਾ ਕਿ ਨਾਮ ਜਾਂ ਪੜਨਾਮ ਦੇ ਪਿੱਛੇ ਲੱਗੂਗਾ, ਮੂਹਰੇ ਨਹੀਂ ਲੱਗ ਸਕਦਾ, ਠੀਕ ਹੈ। ਉਸ ਤੋਂ ਬਾਅਦ ਕੀ ਕਰਦਾ, ਇਹ ਕੀ ਹੈ, ਸ਼ਬਦਾਂ ਨੂੰ ਆਪਸ ਵਿੱਚ ਜੋੜਨ ਦਾ ਵੀ ਕੰਮ ਕਰਦਾ। ਜੇ ਆਪਾਂ ਵਿੱਚੋਂ ਦਾ ਹਟਾ ਦਈਏ ਤਾਂ ਕੀ ਬਣ ਜੂਗਾ, ਇਹ ਮੋਹਨ ਸਕੂਟਰ ਹੈ। ਕੀ ਹੋ ਜੂਗਾ ਕਿ ਮੋਹਨ ਹੀ ਸਕੂਟਰ ਹੈ, ਮੋਹਨ ਦਾ ਸਕੂਟਰ ਨਹੀਂ ਹੈਗਾ, ਠੀਕ ਹੈ। ਇਹ ਕੀ ਹੈ, ਬਿਲਕੁਲ ਇਨਐਪਰੋਪ੍ਰੀਏਟ ਜਿਹੜਾ ਆਪਣੇ ਕੋਲ ਸੈਂਸ ਕੱਢੇਗਾ। ਉਸ ਤੋਂ ਬਾਅਦ ਕੀ ਹੈ, ਕਹਿੰਦੇ ਜਿਹੜੇ ਸੰਬੰਧਕ ਆਪਾਂ ਪੜ੍ਹਦੇ ਹਾਂ, ਜਿਵੇਂ ਨੋਰਮਲ ਕੀ ਨੇ, ਦਾ, ਦੇ, ਦੀਆਂ, ਵਿੱਚ, ਨਾਲ, ਤੋਂ, ਕੋਲ, ਦੇ ਕੋਲ, ਰਾਹੀਂ, ਇਹ ਸਾਰੇ ਕੀ ਨੇ, ਸੰਬੰਧਕ ਨੇ। ਇਹ ਸ਼ਬਦ ਨਾਮ ਜਾਂ ਪੜਨਾਮ ਤੋਂ ਬਾਅਦ ਵਿੱਚ ਹੀ ਆਉਂਦੇ ਨੇ, ਹਮੇਸ਼ਾ ਕੀ ਆਉਂਦੇ, ਨਾਮ ਜਾਂ ਪੜਨਾਮ ਤੋਂ ਬਾਅਦ ਦੇ ਵਿੱਚ ਆਉਣਗੇ। ਉਸ ਤੋਂ ਬਾਅਦ ਕੀ ਨੇ, ਕੁਝ ਉਦਾਹਰਨਾਂ ਹੋਰ ਦਿੱਤੀਆਂ ਹੋਈਆਂ ਨੇ, ਇਹਨਾਂ ਨੂੰ ਵੀ ਆਪਾਂ ਦੇਖ ਲੈਂਦੇ ਹਾਂ। ਇਹ ਉਸ ਦੀਆਂ ਪੁਸਤਕਾਂ ਹਨ, ਇਹ ਉਸ ਪੁਸਤਕਾਂ ਹਨ। ਜੇ ਮੈਂ ਇਹ ਲਿਖ ਦਿੰਦੀ ਕਿ ਇਹ ਸੈਂਸ ਬਣਦੀ, ਨਹੀਂ, ਬਿਲਕੁਲ ਵੀ ਨਹੀਂ ਬਣਨਾ ਸੀ, ਕੋਈ ਮੀਨਿੰਗ ਹੀ ਨਹੀਂ ਨਿਕਲਣਾ ਸੀ। ਉਸ ਤੋਂ ਬਾਅਦ ਕੀ ਹੈ, ਸੁਰਿੰਦਰ ਨੇ ਗੁਰਦੀਪ ਨੂੰ ਫੋਨ ਕੀਤਾ, ਸੁਰਿੰਦਰ ਨੇ ਹੀ ਗੁਰਦੀਪ ਨੂੰ ਫੋਨ ਕੀਤਾ। ਜੇ ਮੈਂ ਇੱਥੇ ਬੁਲਾਇਆ ਸੁਰਿੰਦਰ ਗੁਰਦੀਪ ਨੂੰ ਫੋਨ ਕੀਤਾ, ਕੋਈ ਸੈਂਸ ਨਹੀਂ ਬਣਦੀ ਸੀ। ਤਾਂ ਜਿਹੜੀ ਸੰਬੰਧਕ ਹੈ ਇਹ ਵੀ ਕੀ ਹੈ, ਇੱਕ ਮੀਨਿੰਗ ਕੱਢਦਾ। ਜੇ ਆਪਾਂ ਸੰਬੰਧਕ ਕੀ ਹੈ, ਜੇ ਸੰਬੰਧਕ ਆਪਾਂ ਨਹੀਂ ਲਾਉਂਦੇ ਤਾਂ ਜਿਹੜਾ ਵਾਕ ਹੈ, ਵਾਕ ਦਾ ਪੂਰਾ ਕੀ ਹੈ, ਮਤਲਬ ਬਿਲਕੁਲ ਚੇਂਜ ਹੋ ਜਾਂਦਾ, ਠੀਕ ਹੈ। ਹੁਣ ਕੁਝ ਦੇਖੋ, ਬਣਤਰ ਦੇ ਪੱਖ ਤੋਂ ਪੰਜਾਬੀ ਦੇ ਵਿੱਚ ਕਿੰਨੇ ਸੰਬੰਧਕ ਨੇ, ਤਿੰਨ ਸੰਬੰਧਕ ਨੇ। ਕਿੰਨੇ ਸੰਬੰਧਕ ਨੇ, ਤਿੰਨ ਸੰਬੰਧਕ ਨੇ ਆਪਣੇ ਕੋਲ। ਦੇਖੋ ਧਿਆਨ ਨਾਲ, ਥੋੜ੍ਹੇ ਇੰਚ ਕਰ ਲੈਂਦੇ ਸਕਰੀਨ ਨੂੰ ਆਪਾਂ। ਇਹਦੇ ਕਿੰਨੇ ਨੇ, ਤਿੰਨ ਸੰਬੰਧਕ ਨੇ, ਤਿੰਨ ਹਿੱਸਿਆਂ ਦੇ ਵਿੱਚ ਵੰਡੇ ਹੋਏ ਨੇ। ਮੂਲ ਸੰਬੰਧਕ ਹੈ, ਮੂਲ ਦੇ ਵਿੱਚ ਕਹਿੰਦੇ ਉਹ ਸੰਬੰਧਕ ਸ਼ਬਦ ਜਿਹੜੇ ਇੱਕ ਸ਼ਬਦਿਕ ਰੂਪ ਵਜੋਂ ਸੁਤੰਤਰ ਤੌਰ 'ਤੇ ਵਿਚਰ ਸਕਦੇ ਨੇ। ਮਤਲਬ ਇੱਕ ਤਰ੍ਹਾਂ ਕਿ ਇੱਕ ਸ਼ਬਦ ਦੇ ਰੂਪ ਵਜੋਂ ਆਪਾਂ ਵਰਤਦੇ ਹਾਂ, ਵੀ ਜਿਹੜਾ ਸੰਬੰਧਕ ਆਪ ਸ਼ਬਦ ਆਪਾਂ ਇਹ 'ਚ ਵਰਤਾਂਗੇ, ਇੱਕ ਤਰ੍ਹਾਂ ਉਹ ਵਰਡ ਦੀ ਤਰ੍ਹਾਂ ਯੂਜ਼ ਕਰਾਂਗੇ, ਅਤੇ ਸੁਤੰਤਰ ਹੈ, ਮਤਲਬ ਉਹ ਕਿਸੇ ਬੰਧਨਾਂ ਦੇ ਵਿੱਚ ਨਹੀਂ ਬੰਨਿਆ, ਕੋਈ ਰੂਲ ਰੈਗੂਲੇਸ਼ਨ 'ਚ ਨਹੀਂ ਬੰਨਿਆ ਹੋਇਆ, ਉਹਨਾਂ ਨੂੰ ਮੂਲ ਸੰਬੰਧਕ ਕਿਹਾ ਜਾਂਦਾ ਹੈ। ਜਿਵੇਂ ਨੇ, ਨੂੰ, ਤੋਂ, ਵਿੱਚ, ਅੰਦਰ, ਇਹ ਸਾਰੇ ਕੀ ਨੇ, ਹੇਠਾਂ, ਉੱਪਰ, ਕੋਲ, ਦੇ ਕੋਲ, ਰਾਹੀਂ, ਦੁਆਰਾ, ਲਈ, ਇਹ ਕੀ ਨੇ, ਮੂਲ ਸੰਬੰਧਕ ਨੇ। ਦੇਖੋ ਹੁਣ ਇਹਦੇ ਵਿੱਚ ਕੀ ਹੈ, ਪਿਤਾ ਨੇ ਪੁੱਤਰ ਨੂੰ ਕਿਹਾ, ਹੁਣ ਇਹ ਸੁਤੰਤਰ ਨੇ, ਕੀ ਨੇ, ਇੱਕ ਸ਼ਬਦਿਕ ਰੂਪ ਦੇ ਵਿੱਚ ਸੁਤੰਤਰ ਨੇ, ਜਿੱਥੇ ਮਰਜ਼ੀ ਲਗਾ ਸਕਦੇ ਹਾਂ ਆਪਾਂ ਆਪਦੀ ਮਰਜ਼ੀ ਨਾਲ, ਕੋਈ ਰੂਲ ਰੈਗੂਲੇਸ਼ਨ ਨਹੀਂ ਹੋਵੇ। ਪਿਤਾ ਨੇ ਪੁੱਤਰ ਨੂੰ ਕਿਹਾ, ਪਿਤਾ ਨੇ ਕੀ ਕਿਹਾ, ਪੁੱਤਰ ਨੂੰ ਕਿਹਾ। ਹੁਣ ਜੇ ਮੈਂ ਨੇ ਹਟਾਉਂਦਾ, ਪਿਤਾ ਪੁੱਤਰ ਨੂੰ ਕਿਹਾ, ਮਤਲਬ ਕੋਈ ਸੈਂਸ ਨਹੀਂ ਬਣਦੀ। ਤਾਂ ਜਿਹੜਾ ਮੂਲ ਸੰਬੰਧਕ ਹੈ ਇੱਕ ਸ਼ਬਦਿਕ ਰੂਪ ਵਜੋਂ ਸੁਤੰਤਰ ਤੌਰ 'ਤੇ ਵੀ ਇੰਡੀਪੈਂਡੈਂਟਲੀ ਆਪਾਂ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਕੀ ਆਪਣੇ ਕੋਲ, ਸੰਬੰਧ ਸੂਚਕ ਸੰਬੰਧ ਸੂਚਕ ਦੇ ਵਿੱਚ ਵੇਖੋ ਕੀ ਹੁੰਦਾ। ਸੰਬੰਧ ਸੂਚਕ ਨੂੰ ਇੱਕ ਸੰਧੀ ਸੰਬੰਧਕ ਵੀ ਕਿਹਾ ਜਾਂਦਾ। ਸੰਧੀ ਕੀ ਹੁੰਦਾ, ਜਦੋਂ ਆਪਾਂ ਕੀ ਦੋ ਚੀਜ਼ਾਂ ਵਿਚਕਾਰ ਸੰਧੀ ਕਰ ਲਈਏ, ਮਤਲਬ ਕੰਪਰੋਮਾਈਜ਼ ਕਰ ਲਈਏ ਜਾਂ ਉਹਨੂੰ ਸਮਝਾ ਲਈਏ, ਸਮਝੌਤਾ ਕਰ ਲਈਏ। ਵਾਕ ਵਿੱਚ ਕਈ ਸ਼ਬਦਾਂ ਦੇ ਪਿਛੇਤਰ ਸੰਬੰਧਕ ਦਾ ਕੰਮ ਕਰਦੇ ਨੇ। ਕਈ ਕੀ ਪਿਛੇਤਰ ਜਿਹੜੇ ਹੁੰਦੇ, ਜਿਹੜੇ ਆਪਾਂ ਪਿੱਛੇ ਲਾਉਂਦੇ ਹਾਂ, ਉਹ ਕਿ ਸੰਬੰਧਕ ਦਾ ਕੰਮ ਕਰਦੇ ਨੇ, ਉਹਨਾਂ ਪਿਛੇਤਰਾਂ ਨੂੰ ਸੰਬੰਧ ਸੂਚਕ ਹੈ, ਜਿਹੜੇ ਪਿਛੇਤਰ ਆਪਾਂ ਯੂਜ਼ ਕਰਦੇ ਹਾਂ ਉਹਨਾਂ ਨੂੰ ਕੀ ਕਿਹਾ ਜਾਂਦਾ, ਸੰਧੀ ਸੰਬੰਧਕ ਜਾਂ ਸੰਬੰਧ ਸੂਚਕ ਪਿਛੇਤਰ। ਜਿਵੇਂ ਦਾ ਰੂਲ ਕਿ ਸੁਤੰਤਰ ਸੰਬੰਧਕ ਸੁਤੰਤਰ ਪਲੱਸ ਪਿਛੇਤਰ ਲੱਗ ਜਾਂਦਾ, ਜਿਵੇਂ ਸਕੂਲ ਪਲੱਸ ਤੋਂ ਸਕੂਲੋਂ, ਘਰ ਪਲੱਸ ਤੋਂ ਘਰੋਂ, ਦੁਪਹਿਰ ਪਲੱਸ ਪਹਿਰੇ ਦੁਪਹਿਰੇ, ਮੈਥੋਂ, ਠੀਕ ਹੈ। ਜਿਵੇਂ ਦੇਖੋ ਸਕੂਲੋਂ ਆ ਗਿਆ
ਘਰੋਂ ਵੀ ਦੱਸਤਾ, ਦੁਪਹਿਰੇ ਕੀ ਹੈ ਦੁਪਹਿਰ ਪਲੱਸ ਵੇਲੇ, ਦੁਪਹਿਰ ਵੇਲੇ ਹੈ ਨਾ ਘਰ ਵਿੱਚੋਂ ਘਰ ਦੇ ਵਿੱਚੋਂ ਤੋਂ ਹੈ ਨਾ, ਇਹ ਸਾਰੀ ਕੀ ਇਕੱਠਾ ਕਰਕੇ ਜਦੋਂ ਲਿਖਤਾ ਸੰਧੀ ਹੋ ਗਈ ਇਹਨਾਂ ਦੀ ਆਪਸ 'ਚ, ਜਿਹੜੇ ਸ਼ਬਦ ਨੇ ਹੈ ਅਲੱਗ ਅਲੱਗ ਨੇ ਪਰ ਇਕੱਠੇ ਹੋ ਕੇ ਕੀ ਹੋ ਗਏ ਇਹਨਾਂ ਦੀ ਆਪਸ 'ਚ ਸੰਧੀ ਹੋ ਗਈ, ਤਾਂ ਇਹਨਾਂ ਨੇ ਕੀ ਬਣਾ ਲਿਆ ਇੱਕ ਸ਼ਬਦ ਬਣਾ ਲਿਆ। ਹੁਣ ਉਦੋਂ ਬਾਅਦ ਕੀ ਆਪਣੇ ਕੋਲ ਤੀਜੇ ਨੰਬਰ 'ਤੇ ਸੰਯੁਕਤ ਸੰਬੰਧਕ, ਕੀ ਨੇ ਸੰਯੁਕਤ ਸੰਬੰਧਕ, ਦੋ ਜਾਂ ਦੋ ਤੋਂ ਵੱਧ ਸੰਬੰਧਕ ਜਿਹੜੇ ਜਿਹੜੇ ਸੰਬੰਧਕ ਸ਼ਬਦ ਹੁੰਦੇ ਆ ਸੁਤੰਤਰ ਰੂਪ ਵਿੱਚ ਵਿਚਰ ਕੇ ਵਾਕ ਦਾ ਅਰਥ ਪ੍ਰਗਟ ਕਰਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ, ਸੰਯੁਕਤ ਸੰਬੰਧਕ। ਜਿਵੇਂ ਦੋ ਜਾਂ ਦੋ ਤੋਂ ਵੱਧ, ਜਿਵੇਂ ਕਿ ਕਮਰੇ ਦੇ ਵਿੱਚ, ਹੁਣ ਦੇ ਵਿੱਚ ਆ ਗਿਆ, ਦੇ ਕੋਲ ਆ ਗਿਆ, ਹੁਣ ਇਹ ਇੱਕ ਜਿਹੜੇ ਇੱਕ ਤੋਂ ਵੱਧ ਹੈ ਨਾ, ਦੋ ਤੋਂ ਵੱਧ ਵੀ ਹੋ ਸਕਦੇ ਨੇ, ਠੀਕ ਹੈ। ਇਹ ਜਦੋਂ ਸ਼ਬਦ ਕੀ ਸੁਤੰਤਰ ਰੂਪ ਦੇ ਵਿੱਚ ਵਿਚਰ ਕੇ ਕਿਸੇ ਵਾਕ ਦਾ ਅਰਥ ਪ੍ਰਗਟ ਕਰਦੇ, ਹੁਣ ਇਹ ਅਰਥ ਹੀ ਪ੍ਰਗਟ ਕਰ ਰਿਹਾ। ਜੇ ਮੈਂ ਕਹਿਣ ਦੀ ਕਮਰੇ ਵਿੱਚ ਕੁਰਸੀ ਹੈ, ਕਮਰੇ ਦੇ ਵਿੱਚ ਕੁਰਸੀ ਹੈ, ਕਮਰੇ ਵਿੱਚ ਕੁਰਸੀ ਹੈ, ਆਪਾਂ ਐਵੇਂ ਯੂਜ਼ ਕਰਦੇ ਹਾਂ, ਪਰ ਇਹ ਸੁਤੰਤਰ ਤੌਰ 'ਤੇ ਆਪਾਂ ਯੂਜ਼ ਕਰਦੇ, ਇੱਕ ਸਹੀ ਮੀਨਿੰਗ ਕੱਢਣ ਲਈ ਆਪਾਂ ਦੇ ਵਿੱਚ ਹੀ ਲਾਵਾਂਗੇ। ਉਸ ਤੋਂ ਬਾਅਦ ਕੀ ਹੈ ਕਹਿੰਦੇ ਰੂਪ ਦੇ ਆਧਾਰ 'ਤੇ, ਉਸ ਤੋਂ ਬਾਅਦ ਕੀ ਆ ਜਾਂਦਾ ਆਪਣੇ ਕੋਲ ਰੂਪ ਦੇ ਆਧਾਰ 'ਤੇ ਕਿੰਨੇ ਆ, ਦੋ ਹਿੱਸਿਆਂ ਦੇ ਵਿੱਚ ਵੰਡੇ ਹੋਏ ਆ, ਕਿੰਨੇ ਹਿੱਸਿਆਂ 'ਚ, ਦੋ ਹਿੱਸਿਆਂ 'ਚ, ਵਿਕਾਰੀ ਅਤੇ ਅਵਿਕਾਰੀ। ਵਿਕਾਰੀ ਸ਼ਬਦ ਕਿਹੜੇ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਜਿਹੜਾ ਜਿਨ੍ਹਾਂ ਦੇ ਰੂਪ ਵਿੱਚ ਕੋਈ ਨਾ ਕੋਈ ਪਰਿਵਰਤਨ ਆਉਂਦਾ, ਕਿ ਆਪਾਂ ਇਹਨਾਂ ਨੂੰ ਚੇਂਜ ਕਰ ਸਕਦੇ ਹਾਂ, ਕੀ ਕਰ ਸਕਦੇ ਹਾਂ, ਚੇਂਜ ਕਰ ਸਕਦੇ ਹਾਂ, ਠੀਕ ਹੈ। ਹੁਣ ਇਹਦੇ ਵਿੱਚ ਕੀ ਅਵਿਕਾਰੀ ਦੇ ਵਿੱਚ ਕੀ ਹੈ, ਅਵਿਕਾਰੀ ਦੇ ਵਿੱਚ ਕੀ ਆਪਾਂ ਚੇਂਜ ਨਹੀਂ ਕਰ ਸਕਦੇ, ਇਹ ਐਵੇਂ ਹੀ ਰਹਿਣਗੇ। ਨੇ ਨੂੰ ਆਪਾਂ ਨੇ ਨੂੰ ਹੀ ਬਣਾ ਸਕਦੇ ਹਾਂ, ਨਹੀਂ ਬਣਾ ਸਕਦੇ, ਠੀਕ ਹੈ, ਕਿਉਂਕਿ ਇਹਨਾਂ ਦਾ ਕੀ ਹੈ, ਇਹ ਐਵੇਂ ਹੀ ਰਹਿੰਦੇ ਆ, ਰੂਪ ਇਹਨਾਂ ਦਾ ਆਪਾਂ ਬਦਲ ਨਹੀਂ ਸਕਦੇ। ਦੇਖੋ ਇੱਕ ਜਿਹੜੀ ਅਵਿਕਾਰੀ ਅਤੇ ਅਵਿਕਾਰੀ ਸ਼ਬਦ ਮੈਂ ਪਹਿਲਾਂ ਵੀ ਵੀਡੀਓ ਬਣਾ ਚੁੱਕੀ, ਉਸ 'ਚ ਵੀ ਤੁਹਾਨੂੰ ਮੈਂ ਦੱਸਿਆ ਸੀ, ਅਤੇ ਹੁਣ ਇਹਦੇ ਵਿੱਚ ਵੀ ਵਿਕਾਰੀ ਅਤੇ ਅਵਿਕਾਰੀ ਹੈ। ਵਿਕਾਰੀ ਦੇ ਵਿੱਚ ਕਿ ਵਿਕਾਰ ਪੈਦਾ ਹੋ ਸਕਦਾ ਅਤੇ ਵਿਕਾਰ ਪੈਦਾ ਨਹੀਂ ਹੋ ਸਕਦਾ, ਅਵਿਕਾਰੀ ਦੇ ਵਿੱਚ ਵਿਕਾਰ ਪੈਦਾ ਹੋ ਸਕਦਾ, ਠੀਕ ਹੈ। ਉਸ ਤੋਂ ਬਾਅਦ ਕੀ ਆਪਣੇ ਕੋਲ ਸੰਬੰਧੀ ਅਤੇ ਸੰਬੰਧਮਾਨ, ਸੰਬੰਧੀ ਅਤੇ ਸੰਬੰਧਮਾਨ। ਦੇਖੋ ਡੈਫੀਨੇਸ਼ਨ ਪੜ੍ਹਨ ਤੋਂ ਪਹਿਲਾਂ ਤੁਸੀਂ ਆਹ ਜਿਹੜਾ ਵਾਕ ਦਿੱਤਾ ਹੋਇਆ ਪੜ੍ਹੋ, ਇਹ ਸੁਰਜੀਤ ਦੀ ਕਿਤਾਬ ਹੈ, ਇਹ ਸੁਰਜੀਤ ਦੀ ਕਿਤਾਬ ਹੈ। ਜਿਹੜਾ ਇੱਥੇ ਦੀ ਲਾਇਆ ਉਹ ਕੀ ਹੈ, ਸੰਬੰਧਕ, ਉਹ ਤਾਂ ਆਪਾਂ ਨੂੰ ਪਤਾ ਹੀ, ਆਪਾਂ ਪੜ੍ਹਿਆ ਹੋਇਆ, ਉਹਦੀ ਡੈਫੀਨੇਸ਼ਨ ਵੀ ਪੜ੍ਹ ਲਈ। ਅਤੇ ਸੰਬੰਧਮਾਨ ਕੌਣ ਹੁੰਦੇ ਨੇ, ਸੰਬੰਧਮਾਨ ਉਹ ਹੁੰਦੇ ਨੇ ਨਾਮ ਜਾਂ ਪੜਨਾਮ ਜਿਹੜਾ ਆਪਾਂ ਕੀ ਯੂਜ਼ ਕਰਦੇ ਹਾਂ ਜਦੋਂ ਆਪਾਂ ਵਾਕ ਬਣਾਉਂਦੇ ਹਾਂ, ਯੂਜ਼ ਕਰਦੇ ਹਾਂ, ਉਹ ਕੀ ਹੁੰਦੇ ਨੇ, ਸੰਬੰਧਮਾਨ। ਜਿਵੇਂ ਉਹ ਸੁਰਿੰਦਰ ਦੀਆਂ ਭੈਣਾਂ ਹਨ, ਸੁਰਿੰਦਰ ਕੀ ਹੈ, ਹੁਣ ਇੱਥੇ ਸੰਬੰਧਮਾਨ ਹੈ, ਅਤੇ ਦੀਆਂ ਕੀ ਹੈ, ਸੰਬੰਧਕ ਹੈ। ਗੁਲਦਸਤੇ ਵਿੱਚ ਫੁੱਲ ਹੈ, ਗੁਲਦਸਤੇ ਵਿੱਚ ਕੀ ਹੈ, ਫੁੱਲ ਹੈ। ਹੁਣ ਜਿਹੜਾ ਗੁਲਦਸਤਾ ਹੈਗਾ ਉਹ ਕੀ ਹੈ, ਸੰਬੰਧਮਾਨ ਹੈ, ਅਤੇ ਵਿੱਚ ਕੀ ਹੈ, ਸੰਬੰਧਕ। ਇੱਥੋਂ ਤੱਕ ਸਮਝ ਆ ਗਿਆ ਸਾਰਿਆਂ ਨੂੰ, ਅੱਗੇ ਚੱਲਦੇ ਹਾਂ ਸੰਬੰਧਕ ਦੀਆਂ ਕਿਸਮਾਂ 'ਤੇ। ਜਿਹੜੀਆਂ ਸੰਬੰਧਕ ਦੀਆਂ ਕਿਸਮਾਂ ਨੇ ਉਹ ਦੇਖੋ ਚੰਗੀ ਤਰ੍ਹਾਂ। ਪਹਿਲੀ ਕਿਸਮ ਹੈ ਪੂਰਨ ਸੰਬੰਧਕ। ਪੂਰਨ ਦਾ ਮਤਲਬ ਕਿ ਜਿਹੜਾ ਆਪਦੇ ਆਪ 'ਚ ਕੰਪਲੀਟ ਹੋਵੇ, ਉਹ ਸ਼ਬਦ ਜਿਹੜੇ ਵਾਕ ਵਿੱਚ ਇਕੱਲਿਆਂ ਹੀ ਹੋਰਨਾਂ ਸ਼ਬਦਾਂ ਨਾਲ ਸੰਬੰਧ ਦੱਸਣ, ਕੀ ਕਰੇ, ਇਕੱਲਾ ਹੀ ਕੀ ਕਰੇ, ਹੋਰਾਂ ਸ਼ਬਦਾਂ ਨਾਲ ਸੰਬੰਧ ਦੱਸਦੇ, ਉਹਨੂੰ ਕੀ ਕਹਿੰਦੇ ਆ, ਪੂਰਨ ਸੰਬੰਧਕ। ਜਿਵੇਂ ਨਾ, ਨੂੰ, ਦਾ, ਦੇ, ਦੀਆਂ, ਤੋਂ, ਤੱਕ, ਇਹ ਕੀ ਨੇ, ਇਹ ਕੀ ਨੇ, ਪੂਰਨ ਸੰਬੰਧਕ ਨੇ, ਕਿ ਇਕੱਲਾ ਹੀ ਕੀ ਹੈ, ਬਾਕੀ ਸ਼ਬਦਾਂ ਨਾਲ ਸੰਬੰਧ ਦੱਸਦਾ। ਗੁਰਚਰਨ ਨੇ ਭਾਸ਼ਣ ਦਿੱਤਾ, ਨੇ ਕੀ ਹੈ, ਪੂਰਨ। ਗਰੀਬਾਂ ਦੀ ਸਹਾਇਤਾ ਕਰੋ, ਦੀ। ਉਸ ਤੋਂ ਬਾਅਦ ਜੇਬ ਕਤਰਿਆਂ ਤੋਂ ਆ ਗਿਆ, ਠੀਕ ਹੈ। ਆ ਪੂਰਨ ਸੰਬੰਧਕ ਕੀ ਹੁੰਦਾ ਵੇਖੋ ਅੱਗੇ, ਅਪੂਰਨ ਦੇ ਵਿੱਚ ਕੀ, ਅਪੂਰਨ ਦਾ ਮਤਲਬ ਕਿ ਜੋ ਕੰਪਲੀਟ ਨਹੀਂ ਹੈਗਾ, ਜਿਹੜੇ ਸ਼ਬਦ ਇਕੱਲਿਆਂ ਸੰਬੰਧਕ ਦਾ ਕੰਮ ਨਾ ਦੇ ਸਕਣ, ਕੀ ਕਰਨ, ਇਕੱਲੇ ਜਿਹੜਾ ਹੈਗਾ ਜਿਹੜਾ ਕੰਮ ਨਹੀਂ ਕਰ ਸਕਦੇ, ਹੈ ਨਾ, ਉਹਨਾਂ ਨੂੰ ਕੀ ਆ, ਹੋਰ ਸੰਬੰਧਕਾਂ ਦੀ ਲੋੜ ਪੈਂਦੀ ਹੈ, ਹੋਰ ਸੰਬੰਧਕਾਂ ਦੀ ਸਹਾਇਤਾ ਦੀ ਲੋੜ, ਉਹਨਾਂ ਨੂੰ ਪੂਰਨ ਸੰਬੰਧਕ ਕਿਹਾ ਜਾਂਦਾ। ਜਿਵੇਂ ਉੱਤੇ, ਵਿਚਕਾਰ, ਬਾਹਰ, ਨਾਲ, ਕੋਲ, ਦੂਰ, ਪਰੇ, ਸਾਹਮਣੇ। ਦੇਖੋ ਅੱਗੇ ਜਿਹੜਾ ਇਗਜ਼ੈਂਪਲ ਹੈ, ਸਾਡਾ ਘਰ ਸਕੂਲ ਦੇ ਕੋਲ ਹੈ, ਦੇ ਕੋਲ ਆ ਗਿਆ, ਪੁਲਿਸ ਦੇ ਸਾਹਮਣੇ,
ਚੋਰ ਡਰ ਗਿਆ। ਦੇ ਸਾਹਮਣੇ, ਦੇ ਪੱਖ ਅਤੇ ਦੇ ਵਿਰੁੱਧ, ਇਹ ਸਾਰੇ ਕੀ ਨੇ? ਅਪੂਰਨ ਸੰਬੰਧਕ ਨੇ, ਜਿਨ੍ਹਾਂ ਨੂੰ ਕੀ ਆ, ਹੋਰ ਸੰਬੰਧਕਾਂ ਦੀ ਲੋੜ ਪੈਂਦੀ ਆ ਆਪਦੇ ਆਪ ਨੂੰ ਪੂਰਾ ਕਰਨ ਲਈ। ਉਸ ਤੋਂ ਬਾਅਦ ਕਿ ਤੀਜੇ ਨੰਬਰ 'ਤੇ ਕਿ ਮਿਸ਼ਰਤ ਜਾਂ ਦੁਬਾਜਰੇ, ਇਹ ਇੰਪੋਰਟੈਂਟ ਹੈ, ਕਈ ਵਾਰੀ ਪੁੱਛਿਆ ਹੋਇਆ ਕਿਉਂਕਿ ਇਹ ਨਾਮ ਸੁਣ ਕੇ ਕੀ ਆ ਕਈ ਵਾਰੀ ਆਪਾਂ ਨੂੰ ਨਹੀਂ ਪਤਾ ਲੱਗਦਾ। ਧਿਆਨ ਨਾਲ ਸੁਣੋ, ਮਿਸ਼ਰਤ ਦਾ ਮਤਲਬ ਕਿ ਮਿਕਸਡ, ਜਿਹੜੇ ਸੰਬੰਧਕ ਕਦੇ ਪੂਰਨ ਹੋਣ ਅਤੇ ਕਦੇ ਅਪੂਰਨ ਹੋਣ, ਮਤਲਬ ਮੌਕੇ ਦੇ ਅਕੋਰਡਿੰਗ ਹੋਣ, ਠੀਕ ਹੈ, ਉਹਨਾਂ ਨੂੰ ਮਿਸ਼ਰਤ ਜਾਂ ਦੁਬਾਜਰੇ ਸੰਬੰਧਕ ਕਿਹਾ ਜਾਂਦਾ। ਜਿਵੇਂ ਉੱਤੇ, ਨਾਲ, ਹੇਠਾਂ, ਅੱਗੇ, ਪਿੱਛੇ, ਦੁਆਰਾ, ਜਿਹਾ, ਇਹਨਾਂ ਨੂੰ ਕੀ ਹੈ, ਕਦੇ ਆਪਾਂ ਇਹਨਾਂ ਦੇ ਮੂਹਰੇ ਦੇ ਲਾ ਦਿੰਦੇ ਹਾਂ, ਕਦੇ ਨੇ ਲਾ ਦਿੰਦੇ, ਇਹਨਾਂ ਨੂੰ ਕੀ ਹੈ, ਆਪਦਾ ਮਿਕਸਡ ਨਹੀਂ, ਪੂਰਨ ਵੀ ਹੋ ਜਾਂਦੇ ਆ, ਅਪੂਰਨ ਵੀ ਹੋ ਜਾਂਦੇ ਆ। ਹਰਿਮੰਦਰ ਅੰਮ੍ਰਿਤ ਸਰੋਵਰ ਦੇ ਵਿਚਕਾਰ ਹੈ, ਹੁਣ ਦੇ ਵਿਚਕਾਰ ਲੱਗ ਗਿਆ, ਅਤੇ ਕਿਤੇ ਕੀ ਹੈ, ਥੋੜ੍ਹਾ ਅੱਗੇ ਹੋ ਕੇ ਬੈਠੋ, ਅੱਗੇ ਆ ਗਿਆ, ਥੋੜ੍ਹਾ ਜਿਹਾ ਅੱਗੇ, ਹੁਣ ਕੀ ਹੈ, ਜਿਹਾ ਅੱਗੇ ਲਾਤਾ, ਠੀਕ ਹੈ। ਇਹ ਕੀ ਹੈ, ਮੌਕੇ ਦੇ ਅਕੋਰਡਿੰਗ ਚੱਲਦੇ ਨੇ। ਅਤੇ ਜਿਹੜੀ ਅੱਜ ਆਪਣੀ ਇਹ ਵੀਡੀਓ ਸੀਗੀ ਸੰਬੰਧਕ ਦੀ, ਇੱਥੇ ਖਤਮ ਹੁੰਦੀ ਹੈ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸੰਬੰਧਕ ਪੂਰੀ ਤਰ੍ਹਾਂ ਸਮਝ ਆ ਗਏ ਹੋਣੇ ਆ। ਥੈਂਕ ਯੂ ਸੋ ਮੱਚ ਫਰੈਂਡਸ।